ਗੁੱਡ ਮਾਰਨਿੰਗ ਸਟੂਡੈਂਟਸ ਮੈਂ ਰੰਜੀਤ ਕੋਰ ਠੀਕ ਹੈ ਬੱਚੇ ਅੱਜ ਆਪਾਂ ਪੰਜਾਬੀ ਦਾ ਇੱਕ ਹੋਰ ਨਵਾਂ ਟੌਪਿਕ ਪੜਨ ਜਾ ਰਹੇ ਆ ਵਿਸ਼ੇਸ਼ਣ ਠੀਕ ਹੈ ਕੀ ਪੜਨ ਜਾ ਰਹੇ ਆ ਵਿਸ਼ੇਸ਼ਣ ਦੇਖੋ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਦੋ ਟੌਪਿਕ ਕਰਾ ਚੁੱਕੀਆਂ ਨਾਮ ਤੇ ਪੜਨਾਮ ਬਾਰੇ ਆਪਾਂ ਚਰਚਾ ਕਰ ਚੁੱਕੇ ਆ ਤੇ ਅੱਜ ਆਪਾਂ ਉਸ ਤੋਂ ਅੱਗੇ ਪੜਾਂਗੇ ਵਿਸ਼ੇਸ਼ਣ ਠੀਕ ਹੈ ਵਿਸ਼ੇਸ਼ਣ ਕੀ ਹੁੰਦਾ ਹੈ ਕਹਿੰਦੇ ਜਿਹੜਾ ਵੀ ਕੋਈ ਕਿਸੇ ਵੀ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸੇ ਉਜ ਗੁਣ ਦਸੇ ਔਗੁਣ ਦਸੇ ਹਨਾ ਤਾਂ ਉਸ ਨੂੰ ਆਪਾਂ ਉਸ ਦੀ ਵਿਸ਼ੇਸ਼ਤਾ ਕਹਿ ਦਿੰਨੇ ਆ ਗੁਣ ਗੁਣ ਕਹਿ ਦੋ ਚਾਹੀ ਵਿਸ਼ੇਸ਼ਤਾ ਕਹਿ ਦੋ ਠੀਕ ਹੈ ਤਾਂ ਉਹ ਕੀ ਹੁੰਦਾ ਵਿਸ਼ੇਸ਼ਣ ਹੁੰਦਾ ਹੈ ਚਲੋ ਹੁਣ ਆਪਾਂ ਇਸ ਨੂੰ ਵਿਸਥਾਰ ਦੇ ਵਿੱਚ ਪੜਾਂਗੇ ਕਹਿੰਦੇ ਵੀ ਵਿਸ਼ੇਸ਼ਣ ਕੀ ਹੁੰਦਾ ਹੈ ਵਿਸ਼ੇਸ਼ਣ ਕੀ ਹੁੰਦੇ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਐਡਜੈਕਟਿਵ ਵੀ ਕਹਿ ਦਿੰਨੇ ਆ ਠੀਕ ਹੈ ਕਹਿੰਦੇ ਉਹ ਸ਼ਬਦ ਜੋ ਕਿਸੇ ਨਾਮ ਜਾਂ ਪੜਨਾਮ ਦੇ ਗੁਣ ਔਗੁਣ ਵਿਸ਼ੇਸ਼ਤਾ ਜਾਂ ਗਿਣਤੀ ਮਿੰਤੀ ਦਸਨ ਗਿਣਤੀ ਮਤਲਬ ਉਸਦੀ ਕਾਊਂਟਿੰਗ ਹੈ ਨਾ 1 2 3 4 ਮਿੰਤੀ ਨਾਪ ਤੋਲ ਕਿਲੋ 2 ਕਿਲੋ ਅੱਧਾ ਕਿਲੋ ਪੌਣੀ ਕਿਲੋ ਠੀਕ ਹੈ ਮਿੰਤੀ ਦਸਨ ਨਾਪ ਤੋਲ ਜਿਵੇਂ ਆਪਾਂ ਕਹਿੰਦੇ ਆ 10 ਫੁੱਟ 5 ਫੁੱਟ 2.5 ਮੀਟਰ ਇਹ ਮਿੰਤੀ ਦੇ ਵਿੱਚ ਹੀ ਆ ਜਾਂਦਾ ਹੈ ਕਹਿੰਦੇ ਉਹਨਾਂ ਨੂੰ ਕੀ ਕਹ ਦਿੰਦੇ ਆਪਾਂ ਵਿਸ਼ੇਸ਼ਣ ਕਹ ਦਿੰਦੇ ਆ ਉਹਨਾਂ ਨੂੰ ਕੀ ਆਖਿਆ ਜਾਂਦਾ ਉਹ ਸ਼ਬਦਾਂ ਨੂੰ ਕੀ ਆਖਿਆ ਜਾਂਦਾ ਵਿਸ਼ੇਸ਼ਣ ਆਖਿਆ ਜਾਂਦਾ ਜਿਵੇਂ ਇਸ ਦੀ ਉਦਾਹਰਣ ਹੈ ਕਿ ਇਹ ਮੁੰਡਾ ਕਾਲਾ ਹੈ ਕਾਲਾ ਕੀ ਉਸ ਦਾ ਗੁਣ ਹੈ ਠੀਕ ਹੈ ਉਸ ਦੀ ਵਿਸ਼ੇਸ਼ਤਾ ਹੈ ਕਿਸ ਦੀ ਮੁੰਡੇ ਦੀ ਠੀਕ ਹੈ ਜਿਵੇਂ ਇਹ ਮੁੰਡਾ ਕਾਲਾ ਹੈ ਸੀਤਾ ਸੋਣੀ ਕੁੜੀ ਹੈ ਸੀਤਾ ਦੀ ਜਿਹੜਾ ਗੁਣ ਹੈ ਉਹ ਕੀ ਹੈ ਸੋਣੀ ਹੈ ਠੀਕ ਹੈ ਵਿਸ਼ੇਸ਼ਤਾ ਵੀ ਕਹ ਲਓ ਚਾਹੇ ਗੁਣ ਕਹ ਲਓ ਸੋਣੀ ਹੈ ਤਾਂ ਇਹ ਕੀ ਹੈ ਇਸ ਦਾ ਗੁਣ ਹੋ ਗਿਆ ਤਾਂ ਇਹ ਕੀ ਹੈ ਇਸ ਇਹਨੂੰ ਆਪਾਂ ਕੀ ਕਹ ਦਿੰਦੇ ਆ ਵਿਸ਼ੇਸ਼ਣ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਨੇ ਕਿਹੜੇ-ਕਿਹੜੇ ਨੰਬਰ 1 ਗੁਣਵਾਚਕ ਵਿਸ਼ੇਸ਼ਣ गिनतीवाचक विशेषण परिमाणवाचक विशेषण निश्चयवाचक विशेषण ਤੇ ਪਰਨਾਮੀ વિશેષਣ ਠੀਕ ਹੈ ਇਹ ਕਿਨੇ ਪੰਜ ਪ੍ਰਕਾਰ ਦੇ ਹੁੰਦੇ ਨੇ ਗੁਣਵਾਚਕ ਗਿਣਤੀਵਾਚਕ ਪਰਿਮਾਨ ਨਿਸ਼ਚੈਵਾਚਕ ਤੇ ਪਰਨਾਮੀ ਵਿਸ਼ੇਸ਼ਣ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਵਿਸਥਾਰ ਦੇ ਵਿੱਚ ਗੁਣਵਾਚਕ ਵਿਸ਼ੇਸ਼ਣ ਬਾਰੇ ਕਿਸ ਦੇ ਬਾਰੇ ਗੁਣਵਾਚਕ ਵਿਸ਼ੇਸ਼ਣ ਬਾਰੇ ਕਹਿੰਦੇ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਸ਼ਬਦਾਂ ਦੇ ਨਾਲ ਆ ਕੇ ਉਸ ਦੇ ਗੁਣ ਔਗੁਣ ਪ੍ਰਗਟ ਕਰਨ ਉਸ ਨੂੰ ਕੀ ਕਹ ਦਿੰਨੇ ਆਪਾਂ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਨਾਮ ਜਾਂ ਪੜਨਾਮ ਦਾ ਕੋਈ ਗੁਣ ਵੀ ਹੋ ਸਕਦਾ ਹੈ ਔਗੁਣ ਵੀ ਹੋ ਸਕਦਾ ਹੈ ਠੀਕ ਹੈ ਉਹ ਕੀ ਹੁੰਦਾ ਹੈ ਗੁਣਵਾਚਕ ਵਿਸ਼ੇਸ਼ਣ ਹੁੰਦਾ ਜਿਵੇਂ ਇਹ ਮੋਟੀ ਕੁੜੀ ਹੈ ਕੁੜੀ ਕੀ ਹੈ ਮੋਟੀ ਇਹਦਾ ਕੀ ਹੋ ਗਿਆ ਗੁਣ ਹੋ ਗਿਆ ਉਸ ਨੇ ਲਾਲ ਕਮੀਜ਼ ਪਹਿਨੀ ਹੈ ਕਮੀਜ਼ ਦੀ ਕੀ ਹੋਗੀ ਗੁਣ ਕੀ ਹੋ ਗਿਆ ਲਾਲ ਠੀਕ ਹੈ ਤਾਰੇ ਕੀ ਹੋ ਗਿਆ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਇਸ ਦੀਆਂ ਤਿੰਨ ਅਵਸਥਾਵਾਂ ਨੇ ਗੁਣਵਾਚਕ ਵਿਸ਼ੇਸ਼ਣ ਦੀ ਤਿੰਨ ਅਵਸਥਾਵਾਂ ਨੇ ਸਭ ਤੋਂ ਪਹਿਲਾ ਹੈਗੀ ਹੈ ਸਧਾਰਨ ਅਵਸਥਾ ਜਦੋਂ ਇਸ ਦੇ ਵਿੱਚ ਕੀ ਆ ਵੀ ਆਪਾਂ ਕਿਸੇ ਦੇ ਵੀ ਨਾਲ ਇਸ ਦੀ ਤੁਲਨਾ ਨਹੀਂ ਕਰਦੇ ਠੀਕ ਹੈ ਸਿਰਫ ਸਧਾਰਨ ਅਵਸਥਾ ਦੇ ਵਿੱਚ ਹੀ ਗੱਲ ਨੂੰ ਕਮਾਂਗੇ ਅਧਿਕਤਰ ਚ ਕੀ ਹੁੰਦਾ ਜਿਵੇਂ ਆਪਾਂ ਦੋ ਚੀਜ਼ਾਂ ਦੇ ਵਿੱਚ ਦੇਖੋ ਤੁਲਨਾ ਕਰਦੇ ਹਣਾ ਮੇਰਾ ਤੇਰੇ ਨਾਲੋਂ ਇਹ ਪੈਨ ਵਧੀਆ ਹੈ ਅਧਿਕਤਮ ਤੀਜਾ ਅਧਿਕਤਮ ਵੀ ਸਾਰਿਆਂ ਨਾਲੋਂ ਹੀ ਵਧੀਆ ਹੋਣਾ ਠੀਕ ਹੈ ਉਸ ਨੂੰ ਕਹ ਦਿੰਨੇ ਆਪਾਂ ਤਾਂ ਸਭ ਤੋਂ ਪਹਿਲਾਂ ਕਿੰਨੇ ਕਿਸ 单ਵਾਰਨ ਅਵਸਥਾ ਕਹਿੰਦੇ ਇਹ ਪੈਨ ਵਧੀਆ ਹੈ ਇਸ ਦੇ ਵਿੱਚ ਕਿਸੇ ਦੂਜੇ ਦੇ ਨਾਲ ਕੀ ਹੈ ਤੁਲਨਾ ਨਹੀਂ ਕੀਤੀ ਗਈ ਤੇ ਦੂਜਾ ਕੀ ਹੈ ਅਧਿਕਤਰ ਅਵਸਥਾ ਜਦੋਂ ਕਹਿੰਦੇ ਦੋ ਨਾਵਾਂ ਜਾਂ ਪੜਨਾਮਾ ਦੇ ਵਿਸ਼ੇਸ਼ਣਾਂ ਦੇ ਵਿੱਚ ਤੁਲਨਾ ਹੋਵੇ ਉਸ ਨੂੰ ਕੀ ਕਹ ਦਿੰਨੇ ਆ ਅਧਿਕਤਰ ਕਹਿੰਦੇ ਇਹ ਪੈਨ ਉਸ ਨਾਲੋਂ ਵਧੀਆ ਹੈ ਜੇ ਆਪਾਂ ਕਹ ਦਿੰਨੇ ਮੇਰਾ ਪੈਨ ਤੇਰੇ ਪੈਨ ਨਾਲੋਂ ਵਧੀਆ ਹੈ ਇਹ ਦੋ ਚੀਜ਼ਾਂ ਦੋ ਜਨੇ ਇਹਦੇ ਵਿੱਚ ਤੁਲਨਾ ਹੋਗੀ ਠੀਕ ਹੈ ਇਹ ਕੀ ਹੋਗੀ ਅਧਿਕਤਰ ਅਵਸਥਾ ਜਦੋਂ ਆਪਾਂ ਗੱਲ ਕਰਦੇ ਆ ਅਧਿਕਤਮ ਕਹਿੰਦੇ ਇਹ ਪੈਨ ਸਭ ਤੋਂ ਵਧੀਆ ਹੈ ਸਭ ਤੋਂ ਵਧੀਆ ਮਤਲਬ ਸਾਰਿਆਂ ਤੋਂ ਹੀ ਵਧੀਆ ਹੈ ਉਦੋਂ ਕੀ ਹੋ ਜਾਂਦੀ ਹੈ ਅਧਿਕਤਮ ਅਧਿਕਤਮ ਮਤਲਬ ਸਭ ਤੋਂ ਵਧੀਆ ਸੁਧਾਰਨ ਦੇ ਵਿੱਚ ਕਿਸੇ ਨਾਲ ਵੀ ਤੁਲਨਾ ਨਹੀਂ ਹੁੰਦੀ ਅਧਿਕਤਰ ਦੇ ਵਿੱਚ ਦੋ ਚੀਜ਼ਾਂ ਦੇ ਵਿੱਚ ਤੁਲਨਾ ਹੁੰਦੀ ਹੈ ਅਧਿਕਤਮ ਦੇ ਵਿੱਚ ਬਹੁਤ ਜ਼ਿਆਦਾ ਸਾਰਿਆਂ ਦੇ ਵਿੱਚੋਂ ਹੀ ਵਧੀਆ ਹੋਣਾ ਜਿਵੇਂ ਆਪਾਂ ਕਹਿੰਦੇ ਨੇ ਗੁੱਡ ਬੈਟਰ ਬੈਸਟ ਠੀਕ ਹੈ ਵਧੀਆ ਬਹੁਤ ਵਧੀਆ ਸਭ ਤੋਂ ਵਧੀਆ ਠੀਕ ਹੈ ਤਾਂ ਇਹ ਕੀ ਹੋਗੀ ਅਦਿਕਤਮ ਅਵਸਥਾ ਇਹ ਹੈਗੀਆਂ ਸੀਗੀਆਂ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਾਂ ਮਸ ਧਾਰਨ ਅਵਸਥਾ ਅਦਿਕਤਰ ਅਵਸਥਾ ਤੇ ਅਦਿਕਤਮ ਅਵਸਥਾ ਹੁਣ ਆਪ ਅੱਗੇ ਦੂਜਾ ਪੜਾਂਗੇ ਗਿਣਤੀਵਾਚਕ ਵਿਸ਼ੇਸ਼ਣ ਜਿਸ ਨੂੰ ਆਪਾਂ ਸੰਖਿਆਵਾਚਕ ਵਿਸ਼ੇਸ਼ਣ ਵੀ ਕਹਿ ਦਿੰਨੇ ਆ ਠੀਕ ਹੈ ਗਿਣਤੀ ਸਾਰਿਆਂ ਨੂੰ ਪਤਾ ਹੀ ਹੈ ਨਾ ਆਪਾਂ ਗਿੰਦੇ ਆ 1 2 4 5 ਹੈ ਨਾ ਜਾ ਆਪਾਂ ਕਹ ਦਿੰਨੇ ਪਹਿਲਾ ਦੂਜਾ ਤੀਜਾ ਚੌਥਾ ਇਹ ਸਾਰੇ ਕੀ ਨੇ ਇਹ ਗਿਣਤੀਵਾਚਕ ਜਾਂ ਸੰਖਿਆਵਾਚਕ ਵਿਸ਼ੇਸ਼ਣ ਵੀ ਕਹਿ ਦਿੰਨੇ ਆ ਕਹਿੰਦੇ ਜਿਹੜੇ ਸ਼ਬਦਾਂ ਤੋਂ ਜਿਹੜੇ ਸ਼ਬਦਾਂ ਤੋਂ ਨਾਮ ਜਾਂ ਪੜਨਾਵ ਦੀ ਗਿਣਤੀ ਅਤੇ ਦਰਜੇ ਦਾ ਗਿਆਨ ਹੋਵੇ ਦਰਜਾ ਉਹੀ ਮਤਲਬ ਪਹਿਲਾ ਦੂਜਾ ਤੀਜਾ ਠੀਕ ਹੈ ਗਿਣਤੀ ਅਤੇ ਦਰਜੇ ਦਾ ਗਿਆਨ ਹੋਵੇ ਉਸ ਨੂੰ ਆਪਾਂ ਕੀ ਕਹਿ ਦਿੰਨੇ ਆ ਗਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਆਪਾਂ ਕਹ ਦਿੰਨੇ ਇੱਕ ਹੈਨਾ ਇੱਕ ਦੋ ਇਹ ਲਾ ਦੁਜਾ ਕੁਜ ਇਹ ਸਾਰੇ ਕਿਨੇ ਗਿਣਤੀਵਾਚਕ ਦੇ ਵਿੱਚ ਹੀ ਆ ਜਾਂਦੇ ਨੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਉਦਾਹਰਣ ਲੈਂਦੇ ਆ ਕਿ ਇਸ ਇਹ ਕਮੀਜ਼ ਦਾ ਮੁੱਲ 50 ਰੁਪਏ ਹੈ 50 ਕੀ ਹੋ ਗਿਆ ਉਸ ਦੀ ਗਿਣਤੀ ਹੋਗੀ ਠੀਕ ਹੈ ਤੇ ਰਾਮ ਕੋਲ 20 ਪੈਨ ਹਨ ਰਾਮ ਕੋਲ 20 ਪੈਨ ਹਨ ਤਾਂ ਇਹ ਕੀ ਹੋ ਗਿਆ ਇਸ ਦਾ ਗਿਣਤੀਵਾਚਕ ਵਿਸ਼ੇਸ਼ਣ ਹੋ ਗਿਆ ਠੀਕ ਹੈ ਜੀ ਅੱਗੇ ਕਹਿੰਦੇ ਗਿਣਤੀਵਾਚਕ ਵਿਸ਼ੇਸ਼ਣ ਛੇ ਕਿਸਮਾਂ ਜਾਂ ਰੂਪ ਨੇ ਸਭ ਤੋਂ ਪਹਿਲਾ ਸੁਧਾਰਨ ਕਿੰਦੇ ਜਿਹੜੀ ਪੂਰੀ ਪੂਰੀ ਗਿਣਤੀ ਦੱਸੇ ਸੁਧਾਰਨ ਗਿਣਤੀਵਾਚਕ ਵਿਸ਼ੇਸ਼ਣ ਜੋ ਪੂਰੀ ਪੂਰੀ ਗਿਣਤੀ ਦੱਸੇ ਉਸ ਨੂੰ ਸੁਧਾਰਨ ਵਾਚਕ ਗਿਣਤੀ ਸੁਧਾਰਨ ਗਿਣਤੀਵਾਚਕ ਵਿਸ਼ੇਸ਼ਣ ਕਹਿੰਦੇ ਨੇ ਜਿਵੇਂ 5 10 15 20 ਪੂਰੀ ਗਿਣਤੀ ਇੱਕ ਵਾਰ ਚੀ ਠੀਕ ਹੈ ਉਸ ਨੂੰ ਆਪਾਂ ਕੀ ਕਹਿੰਦੇ ਨੇ ਸੁਧਾਰਨ ਗਿਣਤੀਵਾਚਕ ਵਿਸ਼ੇਸ਼ਣ ਦੂਜੀ ਕੀ ਹੈ ਕਰਮਵਾਚਕ ਕਹਿੰਦੇ ਜੋ ਦਰਜਾ ਜਾਂ ਨੰਬਰ ਦੱਸੇ ਕਰਮਵਾਚਕ ਚ ਕੀ ਹੈ ਜੋ ਦਰਜਾ ਜਾਂ ਨੰਬਰ ਦੱਸੇ ਉਸ ਨੂੰ ਆਪਾਂ ਕੀ ਕਹਿੰਦੇ ਨੇ ਕਰਮਵਾਚੀ ਜਿਵੇਂ ਪਹਿਲਾ ਦੂਜਾ ਤੀਜਾ ਚੌਥਾ ਇਸ ਦੇ ਵਿੱਚ ਕੀ ਹੈ ਅ ਦਰਜਾ ਦੱਸਿਆ ਜਾਊਗਾ ਸਮੁੱਚਤਾ ਵਾਦਕ ਗਿਣਤੀ ਵਾਚਕ ਵਿਸ਼ੇਸ਼ਣ ਕਿਹੜਾ ਨੂੰ ਕਹਿੰਦੇ ਜੋ ਸਾਰੀ ਦੀ ਸਾਰੀ ਗਿਣਤੀ ਦੱਸੇ ਜਿਵੇਂ ਦੋਵੇਂ ਦੇ ਦੋਵੇਂ ਚਾਰੇ ਦੇ ਚਾਰੇ ਪੰਜ ਦੇ ਪੰਜ ਠੀਕ ਹੈ ਉਹ ਕੀ ਹੈ ਸਮੁੱਚਤਾ ਵਾਦਕ ਕਸਰੀ ਕਹਿੰਦੇ ਜੋ ਵਿਸ਼ੇਸ਼ ਦੇ ਹਿੱਸੇ ਬਾਰੇ ਦੱਸੇ ਮਤਲਬ ਤੋੜ ਕੇ ਦੱਸੇ ਅੱਧਾ ਪੌਣਾ ਸਵਾ ਢਾਈ ਠੀਕ ਹੈ ਉਸ ਉਸ ਨੂੰ ਕੀ ਕਹਦੇ ਨੇ ਆਪਾਂ ਕਸਰੀ ਅੱਗੇ ਹੈਗਾ ਨਿਖੇੜੀ ਕਹਿੰਦੇ ਜਿਹੜੇ ਬੋਤਿਆਂ ਵਿੱਚੋਂ ਕੁਝ ਕਨੋਂ ਨਿਖੇੜ ਕੇ ਦੱਸੇ ਜਿਵੇਂ 2 2 4 4 ਇਹ ਤੋੜ ਤੋੜ ਕੇ ਦੱਸਣਾ ਠੀਕ ਹੈ ਉਸ ਨੂੰ ਕੀ ਕਹਦੇ ਨੇ ਆਪਾਂ ਨਿਖੇੜ ਵਾਚਕ ਗਿਣ ਵਿਸ਼ੇਸ਼ਣ ਗਿਣਤੀ ਵਾਚਕ ਵਿਸ਼ੇਸ਼ਣ ਨਿਖੇੜੀ ਗਿਣਤੀ ਵਾਚਕ ਵਿਸ਼ੇਸ਼ਣ ਅਨਿਸ਼ਚਿਤ ਕਹਿੰਦੇ ਜੋ ਅੰਦਾਜ਼ਾ ਤਾਂ ਦੱਸੇ ਪਰ ਪੂਰੀ ਗਿਣਤੀ ਨਾ ਦੱਸੇ ਜਿਵੇਂ ਕਈ ਦੇਖੋ ਇਹਦੇ ਵਿੱਚ ਅੰਦਾਜ਼ਾ ਹੀ ਹੈ ਹਨਾ ਕਿੰਨੇ ਕੁਝ ਇਕੀ ਹੈ ਅਨਿਸ਼ਚਿਤ ਗਿਣਤੀਵਾਚਕ ਵਿਸ਼ੇਸ਼ਣ ਉਸ ਤੋਂ ਬਾਅਦ ਹੈਗਾ ਪਰਿਮਾਨਵਾਚਕ ਵਿਸ਼ੇਸ਼ਣ ਤੀਜੇ ਨੰਬਰ ਤੇ ਆਪਾਂ ਪੜ ਰਹੇ ਆਂ ਪਰਿਮਾਨਵਾਚਕ ਵਿਸ਼ੇਸ਼ਣ ਕਹਿੰਦੇ ਜਿਹੜੇ ਸ਼ਬਦ ਨਾਮ ਜਾਂ ਪੜਨਾਵ ਦੀ ਗਿਣਤੀ ਆ ਤੋਲ ਦੱਸਣ ਨਾਮ ਜਾਂ ਪੜਨਾਵ ਦੀ ਗਿਣਤੀ ਆ ਤੋਲ ਦੱਸਣ ਉਸ ਨੂੰ ਕੀ ਕਹੇ ਦਿੰਦੇ ਆਪਾਂ ਪਰਿਮਾਨਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਆਪਾਂ ਕਹੇ ਦਿੰਨੇ ਆ ਕਿ ਮੇਰੇ ਕੋਲ ਕੁਝ ਤੰ ਹੈ ਥੋੜਾ ਜਿਹਾ ਦੁੱਧ ਦੇਓ ਠੀਕ ਹੈ ਇਸ ਨੂੰ ਕੀ ਕਹਦੇ ਨੇ ਪਰਿਮਾਨ ਠੀਕ ਹੈ ਕਹਿੰਦੇ ਪਰਿਮਾਨ ਵਾਚਕ ਵਿਸ਼ੇਸ਼ਣ ਪਰਿਮਾਨ ਵਾਚਕ ਵਿਸ਼ੇਸ਼ਣ ਦੀਆਂ ਤਿੰਨ ਇਸ ਦੀਆਂ ਵੀ ਕਿਸਮਾਂ ਨੇ ਠੀਕ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਨਿਸ਼ਚਿਤ ਪਰਿਮਾਨ ਤੇ ਅਨਿਸ਼ਚਿਤ ਪਰਿਮਾਨ ਨਿਸ਼ਚਿਤ ਕਹਿੰਦੇ ਜੋ ਨਿਸ਼ਚਿਤ ਗਿਣਤੀ ਜਾਂ ਮਾਪ ਦੱਸਣ ਉਸ ਨੂੰ ਕੀ ਕਹਦੇ ਨੇ ਨਿਸ਼ਚਿਤ ਪਰਿਮਾਨ ਠੀਕ ਹੈ ਨਿਸ਼ਚਿਤ ਪਰਿਮਾਨ ਜਿਵੇਂ ਆਪਾਂ ਕਹਦੇ ਨੇ 2 ਕਿਲੋ 4 ਕਿਲੋ 10 ਫੁੱਟ ਇਹ ਕੀ ਹੈ ਨਿਸ਼ਚਿਤ ਪਰਿਮਾਨ ਹੈ ਅਨਿਸ਼ਚਿਤ ਪਰਿਮਾਨਵਾਚਕ ਕਹਿੰਦੇ ਜੋ ਨਿਸ਼ਚਿਤ ਗਿਣਤੀ ਜਾਂ ਮਾਪ ਨਾ ਦੱਸਣ ਜਿਵੇਂ ਥੋੜਾ ਜਿਹਾ ਜਰਾ ਕੋ ਬਥੇਰਾ ਇਹ ਕੀ ਹੈ ਅਨਿਸ਼ਚਿਤ ਪਰਿਮਾਨਵਾਚਕ ਵਿਸ਼ੇਸ਼ਣ ਪରିਮਾਨਵਾਚਕ ਵਿਸ਼ੇਸ਼ਣ ਦੀਆਂ ਦੋ ਕਿਸਮਾਂ ਨੇ ਨਿਸ਼ਚਿਤ ਪਰਿਮਾਨ ਤੇ ਅਨਿਸ਼ਚਿਤ ਪਰਿਮਾਨ ਜਿਹੜੇ ਤਾਂ ਨਿਸ਼ਚਿਤ ਗਿਣਤੀ ਮਿੰਤੀ ਜਾਂ ਮਾਪ ਦੱਸਣ ਉਹ ਤਾਂ ਕੀ ਨੇ ਨਿਸ਼ਚਿਤ ਨੇ ਜਿਵੇਂ 2 ਕਿਲੋ 4 ਕਿਲੋ 10 ਫੁੱਟ ਹਨਾ ਤੇ ਜਿਹੜੇ ਅਨਿਸ਼ਚਿਤ ਨੇ ਜੋ ਕਹਿੰਦੇ ਨਿਸ਼ਚਿਤ ਮਿੰਤੀ ਮਾਪ ਤੋਲ ਜਾਂ ਗਿਣਤੀ ਨਾ ਦੱਸਣ ਉਹ ਅਨਿਸ਼ਚਿਤ ਨੇ ਜਿਵੇਂ ਥੋੜਾ ਜਿਹਾ ਜਰਾ ਕੁ ਬਥੇਰਾ